प्यारे बच्चों सिख धर्म का विकास 1539 तो 1581 ईस्वी तक नौवीं जमादाए पाठ ਆਪਾਂ ਪਿਛਲੇ ਤਿੰਨ ਵੀਡੀਓਜ਼ ਦੇ ਵਿੱਚ ਪੂਰਾ ਕਰ ਲਿਆ ਹੈ ਅੱਜ ਆਪਾਂ ਇਸ ਦੇ ਅਭਿਆਸ ਅਤੇ ਪ੍ਰਸ਼ਨ ਉੱਤਰ ਕਰਨੇ ਹਨ ਸૌ ਤੋਂ ਪਹਿਲਾਂ ਦੇ ਆਪਸ਼ਨਲ ਕੁਐਸਚਨ ਆਨਸਰ ਹਨ ਬਹੁ ਵਿਕਲਪੀ ਪ੍ਰਸ਼ਨ ਪ੍ਰਸ਼ਨ ਦੇ ਚਾਰ ਚਾਰ ਉੱਤਰ ਹਨ ਆਪਾਂ ਇਹ ਦੇਖਣਾ ਵੀ ਇਸ ਪ੍ਰਸ਼ਨ ਦਾ ਉੱਤਰ ਕੀ ਹੈ ਪਹਿਲਾ ਪ੍ਰਸ਼ਨ ਹੈ ਕਿਹੜੇ ਸਿੱਖ ਗੁਰੂ ਨੇ ਗੋਇੰਦਵਾਲ ਵਿਖੇ ਬੋਲੀ ਦਾ ਨਿਰਮਾਣ ਸ਼ੁਰੂ ਕਰਵਾਇਆ ਸਾਡੇ ਕੋਲ ਚਾਰ ਉੱਤਰ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਬੱਚਿਓ ਇਸ ਦਾ ਉੱਤਰ ਕੀ ਹੈ श्री गुरु अंगद देव जी दूसरा प्रश्न है मंजीदारा की कुल संख्या कि भी बई तेई या इक्की इस उत्तर है बई देखो जो पहले प्रश्न आए सन ਉਹਨਾਂ ਦੇ ਉੱਤਰ ਟਿਕ ਕਰਕੇ ਤੁਹਾਡੇ ਸਾਹਮਣੇ ਰੱਖ ਦਿੱਤੇ ਹਨ ਤੁਸੀਂ ਬੱਚਿਓ ਇਸ ਤਰ੍ਹਾਂ ਹੀ ਕਾਪੀ ਦੇ ਵਿੱਚ ਇਹਨਾਂ ਨੂੰ ਉਤਾਰ ਲੈਣਾ ਹੈ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਕਿਹੜੇ ਪੁੱਤਰ ਨੂੰ ਗੁਰਗੱਦੀ ਦਿੱਤੀ ਸ੍ਰੀ ਗੁਰੂ ਅਰਜਨ ਦੇਵ ਜੀ, ਪirthi ਚੰਦ ਜੀ, ਕੋਈ ਵੀ ਨਹੀਂ, ਮਹਾਦੇਵ ਤਾਂ ਬੱਚਿਓ ਆਪਾਂ ਪੜ ਚੁੱਕੇ ਹਾਂ ਕਿ ਪ੍ਰਿਥੀਚੰਦ ਇੱਕ ਸਾਜ਼ਿਸ਼ਕਾਰੀ ਸੀ ਇਸ ਕਰਕੇ ਉਹਨਾਂ ਨੂੰ ਗੁਰਗੱਦੀ ਨਹੀਂ ਸੌਂਪੀ ਗਈ ਮਹਾਦੇਵ ਦਾ ਜਿਹੜਾ ਧਿਆਨ ਸੀਗਾ ਉਹ ਸੰਸਾਰੀ ਕੰਮਾਂ ਦੇ ਵਿੱਚ ਨਹੀਂ ਸੀ ਇਸ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪੀ ਇਸ ਤਰ੍ਹਾਂ ਤੁਸੀਂ ਆਪਣਾ ਉੱਤਰ ਜਿਹੜਾ ਆ ਟਿਕ ਕਰ ਲੈਣਾ ਹੈ ਤੇ ਕਾਪੀ ਤੇ ਨੋਟ ਕਰ ਲੈਣਾ ਹੈ ਅਗਲਾ ਪ੍ਰਸ਼ਨ ਹੈ ਸਹੀ ਮਿਲਾਨ ਕਰੋ ਇੱਕ ਪਾਸੇ ਆਪਸ਼ਨ ਹਨ ਬਾਬਾ ਬੁੱਢਾ ਜੀ ਮਸੰਦ ਪ੍ਰਥਾ ਪਾਈ ਲੈਣਾ ਮੰਜੀ ਪ੍ਰਥਾ ਅੱਗੇ ਉਹਨਾਂ ਦੇ ਉੱਤਰ ਹਨ ਅੰਮ੍ਰਿਤ ਸਰੋਵਰ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਬੱਚਿਓ ਆਪਾਂ ਇਹਦੇ ਵਿੱਚ ਇਹ ਦੇਖਣਾ ਹੈ ਕਿ ਕਿਸ ਵਿਅਕਤੀ ਦਾ ਜਾਂ ਕਿਸ ਪ੍ਰਥਾ ਦਾ ਕਿਸ ਦੇ ਨਾਲ ਸੰਬੰਧ ਹੈ ਤਾਂ ਬਾਬਾ ਬੁੱਢਾ ਜੀ ਬੜਿਆ ਆਪਾਂ ਪਾਠ ਵਿੱਚ ਵੜਿਆ ਸੀ ਕਿ ਇਹਨਾਂ ਨੇ ਅੰਮ੍ਰਿਤਸਰ ਓਵਰ ਦੀ ਜਿਹੜੀ ਸੇਵਾ ਸੀਗੀ ਉਹ ਇਹਨਾਂ ਦੀ ਨਿਗਰਾਨੀ ਹੇਠਾਂ ਹੋਈ ਸੀ ਇਸ ਤਰ੍ਹਾਂ ਇਹਦਾ ਉੱਤਰ ਅੰਮ੍ਰਿਤਸਰ ਓਸਰੋਵਰ ਹੈ ਮਸੰਦ ਪ੍ਰਥਾ ਮਸੰਦ ਪ੍ਰਥਾ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ ਪਾਈ ਲੈਣਾ ਸ੍ਰੀ ਗੁਰੂ ਅਮਰਦਾਸ ਜੀ ਦਾ ਪਹਿਲਾ ਨਾਂ ਸੀ ਮੰਜੀ ਪ੍ਰਥਾ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ ਪਾਈ ਲੈਣਾ ਜੀ ਬਾਰੇ ਆਪਾਂ ਜਿਹੜਾ ਕੀਤਾ ਹੈ ਪਾਈ ਲੈਣਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਸੀ ਇਸ ਗੱਲ ਦਾ ਖਿਆਲ ਰੱਖਣਾ ਤੁਸੀਂ ਅੱਗੇ ਕਿਸ ਤਰ੍ਹਾਂ ਇਹਨਾਂ ਨੂੰ ਹੱਲ ਕਰਕੇ ਤੁਸੀਂ ਜਿਹੜਾ ਆ ਕਾਪੀ ਤੇ ਲਿਖਣਾ ਹੈ ਉਸ ਬਾਰੇ ਸਾਰੇ ਤੁਮ ਦੱਸਿਆ ਗਿਆ ਹੈ ਕੀ ਢੰਗ ਕਿਸ ਢੰਗ ਨਾਲ ਤੁਸੀਂ ਉਹਨੂੰ ਮਿਲਾਨ ਕਰਨਾ ਹੈ ਬਾਬਾ ਬੁੱਢਾ ਜੀ ਅੰਮ੍ਰਿਤਸਰ ਉਹ ਮਸੰਦ ਪ੍ਰਥਾ ਸ੍ਰੀ ਗੁਰੂ ਰਾਮਦਾਸ ਜੀ ਪਾਈ ਲੈਣਾ ਸ੍ਰੀ ਗੁਰੂ ਅੰਗਦ ਦੇਵ ਜੀ ਮੰਜੀ ਪ੍ਰਥਾ ਸ੍ਰੀ ਗੁਰੂ ਅਮਰਦਾਸ ਜੀ ਇਸ ਤੋਂ ਅੱਗੇ ਨੈਕਸਟ ਹੈ ਪ੍ਰਸ਼ਨ ਆ ਜਾਂਦੇ ਆ ਪਹਿਲਾ ਹੈਗਾ ਸੰਗਤ ਅਤੇ ਪੰਗਤ ਸੰਗਤ ਬਾਰੇ ਸਾਨੂੰ ਪਤਾ ਆ ਪੰਗਤ ਬਾਰੇ ਵੀ ਅਸੀਂ ਪਾਠ ਚ ਪੜਿਆ ਆ ਪੰਗਤ ਦਾ ਮਤਲਬ ਹੋਇਆ ਬਿਨਾਂ ਕਿਸੇ ਭੇਦ ਭਾਵ ਤੋਂ ਇੱਕ ਜਗ੍ਹਾ ਤੇ ਬੈਠ ਕੇ ਬਹੁਤ سارے ਲੋਕ ਜਦੋਂ ਖਾਣਾ ਖਾਂਦੇ ਆ ਉਹਨੂੰ ਅਸੀਂ ਪੰਗਤ ਕਹਿੰਦੇ ਹਾਂ ਸੰਗਤ ਦਾ ਭਾਵ ਇਹ ਹੈ ਕਿ ਜਦੋਂ ਗੁਰੂ ਜੀ ਅ ਗੁਰੂ ਦੇ ਨਾਲ ਜਾਂ ਧਰਮ ਦੇ ਨਾਲ ਜਾਂ ਸਿੱਖ ਉਹਨਾਂ ਨੂੰ ਕੁਝ ਸਿੱਖਿਆਵਾਂ ਦਿੰਦੇ ਸਨ ਲੋਕਾਂ ਨੂੰ ਤਾਂ ਉਹਨੂੰ ਅਸੀਂ ਸੰਗਤ ਕਹਿੰਦੇ ਹਾਂ ਠੀਕ ਹੈ ਜੀ ਅੱਗੇ ਆ ਬਹੁਤ ਛੋਟੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਕੀ ਸੀ ਆਪਾਂ ਮਿਲਾਨ ਕਰੋ ਵਾਲੇ ਜਿਹੜੇ ਸੀਗੇ ਸਾਡੇ ਉੱਚ ਕੀਤਾ ਆ ਤਾਂ ਪਹਿਲਾ ਨਾਂ ਉਹਨਾਂ ਦਾ ਸੀ ਪਾਈ ਲੈਣਾ ਗੁਰਮੁਖੀ ਲਿਪੀ ਤੋਂ ਕੀ ਭਾਵ ਹੈ ਇਸ ਬਾਰੇ ਵੀ ਆਪਾਂ ਪੜਿਆ ਪਾਠ ਦੇ ਵਿੱਚ ਗੁਰਾਂ ਦੇ মুখ ਤੋਂ ਨਿਕਲਣ ਵਾਲੀ ਲਿਪੀ ਯਾਨੀ ਜੋ ਸ਼ਬਦ ਜੋ ਭਾਸ਼ਾ ਗੁਰੂ ਯੂਜ਼ ਕਰਦੇ ਹਨ ਉਸ ਨੂੰ ਗੁਰਲਿਪੀ ਸਿੰਪਲ ਭਾਸ਼ਾ ਦੇ ਵਿੱਚ ਇਹ ਕਿਹਾ ਜਾ ਸਕਦਾ ਆ ਗੁਰਾਂ ਦੇ মুখ ਚੋਂ ਨਿਕਲਣ ਵਾਲੀ ਲਿਪੀ ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿੱਚ ਹਨ। ਮੰਜੀਦਾਰ ਕਿਸ ਨੂੰ ਕਿਹਾ ਜਾਂਦਾ ਹੈ? ਮੰਜੀ ਪ੍ਰਥਾ ਬਾਰੇ ਆਪਾਂ ਪੜਿਆ ਆ। ਮੰਜੀ ਪ੍ਰਥਾ ਦੇ ਵਿੱਚ 22 ਮੰਜੀਆਂ ਦੀ ਸਥਾਪਨਾ ਕੀਤੀ ਗਈ ਸੀ ਤੇ ਇੱਕ ਮੰਜੀ ਤੇ ਬੈਠ ਕੇ ਗੁਰੂ ਜੀ ਵੱਲੋਂ ਜਿਹੜਾ ਇੱਕ ਵਿਅਕਤੀ ਚੁਣਿਆ ਜਾਂਦਾ ਸੀ ਉਹ ਬੈਠ ਕੇ ਲੋਕਾਂ ਨੂੰ ਧਰਮ ਦੀ ਸਿੱਖਿਆ ਦਿੰਦਾ ਸੀ ਤੇ ਲੋਕਾਂ ਕੋਲੋਂ ਸਿੱਖ ਧਰਮ ਦੇ ਲਈ ਦਸਵੰਦ ਇਕੱਠਾ ਕਰਦਾ ਸੀ ਉਸ ਵਿਅਕਤੀ ਨੂੰ ਮੰਜੀਦਾਰ ਕਿਹਾ ਜਾਂਦਾ ਸੀ ਅੰਮ੍ਰਿਤਸਰ ਦਾ ਪੁਰਾਣਾ ਨਾਂ ਕੀ ਸੀ ਅੰਮ੍ਰਿਤਸਰ ਦਾ ਪੁਰਾਣਾ ਨਾਂ ਕਿਉਂਕਿ ਗੁਰੂ ਰਾਮਦਾਸ ਜੀ ਨੇ ਇਸ ਸ਼ਹਿਰ ਵਸਾਇਆ ਸੀ ਇਸ ਕਰਕੇ ਰਾਮਦਾਸ ਜੀ ਦੇ ਨਾਂ ਤੇ ਰਾਮਦਾਸਪੁਰ ਉਹਨਾਂ ਦਾ ਨਾਂ ਰੱਖਿਆ ਗਿਆ ਸੀ ਸ੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ ਸ੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਮ ਭਾਈ ਜੇਠਾ ਜੀ ਸੀ ਮਸੰਦ ਪ੍ਰਥਾ ਤੋਂ ਕੀ ਪਾਵ ਮਸੰਦ ਪ੍ਰਥਾ ਤੋਂ ਭਾਵ ਹੈ ਕਿ ਗੁਰੂ ਜੀ ਵੱਲੋਂ ਹੱਥਾਂ ਤੇ ਪਹੁੰਚਣਾ ਔਖਾ ਸੀ ਤਾਂ ਗੁਰੂ ਜੀ ਨੇ ਧਰਮ ਦੇ ਪ੍ਰਚਾਰ ਲਈ ਤੇ ਲੋਕਾਂ ਸਿੱਖਾਂ ਤੋਂ ਭੇਟਾ ਇਕੱਠਿਆਂ ਕਰਨ ਦੇ ਲਈ ਮਸੰਦ ਨਿਯੁਕਤ ਕੀਤੇ ਜੋ ਗੁਰੂ ਜੀ ਦੇ ਪ੍ਰਤੀਨਿਧੀ ਹੁੰਦੇ ਸਨ ਤੇ ਗੁਰੂ ਜੀ ਵੱਲੋਂ ਜੋ ਵੀ ਹਦਾਇਤਾਂ ਦਿੱਤੇ ਜਾਂਦੇ ਸਨ ਉਹ ਇਨਾਂ ਲੋਕਾਂ ਵੱਲੋਂ ਇਕੱਠਾ ਕੀਤੇ ਜਾਂਦੇ ਸਨ ਦ ਲੋਕਾਂ ਨੂੰ ਪਛਾਏ ਜਾਂਦੇ ਸਨ ਤਾਂ ਧਰਮ ਪ੍ਰਚਾਰ ਤੇ ਲੋਕਾਂ ਤੋਂ ਦਸਵੰਧ ਇਕੱਠਾ ਕਰਨਾ ਤੇ ਉਸ თან ਰਕਸ਼ੀ ਦਾ ਉਚਿਤ ਇਸਤੇਮਾਲ ਕਰਕੇ ਜਿਹੜਾ ਆ ਸਿੱਖ ਧਰਮ ਦਾ ਵਿਕਾਸ ਕਰਨਾ ਗੁਰੂ ਜੀ ਦਾ ਮੁੱਖ ਉਦੇਸ਼ ਸੀ ਇਸ ਕਾਰਨ ਉਹਨਾਂ ਨੇ ਮਸੰਦ ਪ੍ਰਥਾ ਦੀ ਸਥਾਪਨਾ ਕੀਤੀ ਮਸੰਦ ਪ੍ਰਥਾ ਸ਼ੁਰੂ ਕਰਾਈ ਠੀਕ ਹੈ ਇਸ ਤਰ੍ਹਾਂ ਬੱਚੋ ਅੱਗੇ ਉਹ ਛੋਟੇ ਪ੍ਰਸ਼ਨ ਹੈਗੇ ਆ ਮੰਜੀ ਪ੍ਰਥਾ ਮੰਜੀ ਪ੍ਰਥਾ ਤੇ ਮਸੰਦ ਪ੍ਰਥਾ 'ਚ ਫਰਕ ਹੈ ਤੁਸੀਂ ਸਮਝਿਓ ਮੰਜੀ ਤੇ ਮਸੰਦ ਦੋਵੇਂ ਸ਼ਬਦ ਦੇਖਣ ਨੂੰ ਰਲਦੇ ਮਿਲਦੇ ਲੱਗਦੇ ਪਰ ਮੰਜੀ ਪ੍ਰਥਾ ਹੈ ਦੋਵਾਂ ਦਾ ਪਰਪਸ ਉਹਨਾਂ ਦਾ ਉਦੇਸ਼ ਇੱਕੋ ਹੀ ਸੀ ਪਰ ਮੰਜੀ ਪ੍ਰਥਾ ਜਿਹੜੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ 22 ਮੰਜੀਆਂ ਦੀ ਸਥਾਪਨਾ ਕੀਤੀ ਸੀ ਹਰੇਕ ਮੰਜੀ ਦੇ ਲਈ ਇੱਕ ਮੰਜੀ ਦਾ ਨਿਯੁਕਤ ਕੀਤਾ ਜਾਂਦਾ ਸੀ ਜੋ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਤੇ ਲੋਕਾਂ ਤੋਂ ਮਾਇਆ ਇਕੱਠੀ ਕਰਨ ਦੇ ਲਈ ਕੰਮ ਕਰਦਾ ਸੀਗਾ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ ਤਾਂ ਇਸ ਬਾਰੇ ਆਪਾਂ ਪੜਿਆ ਵੀ ਉਹਨਾਂ ਨੇ ਜਿਹੜੀ ਆ ਬਾਣੀ ਰਚੀ ਉਹ ਉਹਨਾਂ ਨੇ ਬੱਚਿਆਂ ਦੇ ਲਈ ਬਾਲਬੋਧ ਨਾਂ ਦੀ ਰਚਨਾ ਵੀ ਕੀਤੀ ਨੈਕਸਟ ਪ੍ਰਸ਼ਨ ਹੈ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸਮਾਜ ਸੁਧਾਰ ਤੇ ਨੋਟ ਲਿਖੋ ਇਸ ਬਾਰੇ ਆਪਾਂ ਪਹਿਲਾਂ ਪੜ ਚੁੱਕੇ ਹਾਂ ਜਿਵੇਂ ਉਹਨਾਂ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਉਹਨਾਂ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਉਹਨਾਂ ਨੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਜਿਹੜੇ ਬੱਚਿਆਂ ਨੂੰ ਇਹਨਾਂ ਬਾਰੇ ਕੁਝ ਡਾਊਟ ਹੈਗਾ ਕੋਈ ਸ਼ਬਦ ਨਹੀਂ ਕਲੀਅਰ ਹੈਗਾ ਉਹ ਆਪਣੇ ਪਿਛਲੇ ਵੀਡੀਓਜ਼ ਦੇਖ ਸਕਦੇ ਆ ਇਸ ਸਬੰਧ ਵਿੱਚ ਆਪਾਂ ਪਹਿਲਾਂ ਸਾਰੀਆਂ ਗੱਲਾਂ ਕਰ ਚੁੱਕੇ ਹਾਂ ਨਾ ਉਹਨਾਂ ਨੇ ਸਿੱਖਾਂ ਨੂੰ ਨਸ਼ੀਲੀਆਂ ਵਸਤੂਆਂ ਦੇ ਇਸਤੇਮਾਲ ਕਰਨ ਤੋਂ ਵੀ ਰੋਕਿਆ ਲਾਸਟ ਪ੍ਰਸ਼ਨ ਹੈਗਾ ਉਹਨਾਂ ਸਰਦੀ ਸਥਾਪਨਾਵਾਂ ਤੇ ਨੋਟ ਲਿਖੋ ਅੰਮ੍ਰਿਤਸਰ ਦੀ ਸਥਾਪਨਾ ਉਹਨフォ ਦਾ ਨੀ ਪੱਤਰ ਸ੍ਰੀ ਗੁਰੂ ਰਾਮਦਾਸ ਜੀ ਨੇ ਰੱਖਿਆ ਪਹਿਲਾਂ ਇਸ ਦਾ ਨਾਮ ਆਰਮਦਾਸਪੁਰ ਸੀ ਜਾਂ ਚੱਕ ਰਾਮਦਾਸ ਵੀ ਕਿਹਾ ਜਾਂਦਾ ਸੀਗਾ ਅੱਜ ਕੱਲ ਇਸ ਨੂੰ ਅੰਮ੍ਰਿਤਸਰ ਕਿਹਾ ਜਾਂਦਾ ਹੈ ਕਿਉਂਕਿ ਅੰਮ੍ਰਿਤ ਸਰੋਵਰ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਹੈ ਉਸ ਤੋਂ ਇਹਦਾ ਨਾਂ ਹੌਲੀ ਹੌਲੀ ਬਦਲਦਾ ਬਦਲਦਾ ਅੰਮ੍ਰਿਤਸਰ ਹੋ ਗਿਆ ਠੀਕ ਹੈ 1570 ਈਸਵੀ ਵਿੱਚ ਗੁਰੂ ਜੀ ਨੇ ਅੰਮ੍ਰਿਤਸਰ ਅਤੇ ਸੰਤੋਖ ਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਕੀਤੀ ਤੇ ਚਾਰੇ ਪਾਸੇ ਉਹਨਾਂ ਨੇ ਲੋਕਾਂ ਨੂੰ ਕੁਝ ਵਪਾਰੀਆਂ ਨੂੰ ਵੀ ਸੱਦਾ ਦਿੱਤਾ 52 ਵਪਾਰੀ ਆ ਕੇ ਉੱਥੇ ਵਸ ਗਏ ਉਹਨਾਂ ਨੇ ਵਪਾਰ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਇੱਕ ਛੋਟਾ ਜਿਹਾ ਬਾਜ਼ਾਰ ਬਣ ਗਿਆ ਹੌਲੀ ਹੌਲੀ ਉਸ ਨੂੰ ਗੁਰੂ ਦਾ ਬਾਜ਼ਾਰ ਕਿਹਾ ਜਾਣ ਲੱਗਾ ਤੇ ਇਸ ਤਰ੍ਹਾਂ ਸਿੱਖਾਂ ਸਿੱਖ ਧਰਮ ਨੂੰ ਇੱਕ ਵੱਡਾ ਤੀਰਥ ਸਥਾਨ ਮਿਲ ਗਿਆ ਲੋਕ ਇੱਥੇ ਆ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਸਨ ਤੇ ਗੁਰੂ ਜੀ ਤੋਂ ਉਪਦੇਸ਼ ਲੈਂਦੇ ਸਨ ਇਸ ਤਰ੍ਹਾਂ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਗਈ ਸੋ ਬੱਚਿਓ ਇਹ ਕੁਝ ਪ੍ਰਸ਼ਨ ਸਨ ਜੋ ਆਪਾਂ ਡਿਸਕਸ ਕਰ ਲਏ ਹਨ ਤੇ ਆਸ ਹੈ ਕਿ ਤੁਹਾਨੂੰ ਸਾਰਾ ਪਾਠ ਵਧੀਆ ਢੰਗ ਨਾਲ ਸਮਝ ਲੱਗ ਗਿਆ ਹੋਊਗਾ ਤੇ ਜੇਕਰ ਤੁਹਾਨੂੰ ਕੋਈ ਕਲੈਰਿਟੀ ਨਹੀਂ ਹੈਗੀ ਤੁਸੀਂ ਵੀਡੀਓ ਦੇਖ ਸਕਦੇ ਹੋ ਇਸ ਸੰਬੰਧ ਵਿੱਚ ਜਿਹੜੀਆਂ ਤੇ ਕਿਤਾਬਾਂ ਤੁਹਾਨੂੰ ਦਿੱਤੀਆਂ ਗਈਆਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਠੀਕ ਹੈ ਧੰਨਵਾਦ